ਐਵੇਂ ਕੌੜਾ ਤਾਂ ਨਹੀਂ ਹੋਊਗਾ ਨਾ? ਕੌੜਾ ਨਹੀਂ, ਖੱਟਾ ਬਹੁਤ ਹੈ। ਤੈਨੂੰ ਮੈਂ 10 ਸਾਲਾਂ ਬਾਅਦ ਇੱਥੇ ਲੈ ਕੇ ਆਇਆ, ਤੂੰ ਰੋਈ ਜਾਂਦੀ ਆ ਦੱਸ? ਹੈਂ, ਤੂੰ ਤਾਂ ਖੁਸ਼ ਹੋ ਕਿ ਆਈ ਆ ਮੈਂ। ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਨੀ ਬਲੌਗ। ਮੈਂ ਆਪਣਾ ਦੋਸਤ ਵਿਸ਼ਵ ਸ਼ਰਮਾ। ਹੋ ਗਏ ਠੀਕ, ਹੋ ਗਏ ਮਜ਼ੇ ਮਗਰ, ਤੰਦਰੁਸਤ ਹੋ ਗਏ? ਸੋ ਗਾਈਸ, ਅੱਜ ਹੈਗਾ ਜੀ ਦਿਨ ਐਤਵਾਰ, ਅਤੇ ਆਪਾਂ ਚੱਲੇ ਅੱਜ ਬਾਹਰ ਘੁੰਮਣ ਵਾਸਤੇ, ਅਤੇ ਆਪਾਂ ਜਾਵਾਂਗੇ ਜੀ ਰਾਖੀ ਜੀ ਦੇ ਮਾਮੇ ਦੇ ਘਰ, ਅਤੇ ਉਹ ਹੈਗਾ ਜੀ ਆਪਣਾ ਪਿੰਡ ਹੈ ਜਗੇ, ਅਤੇ ਆਪਾਂ ਉੱਥੇ ਚੱਲੇ ਹਾਂ। ਅਤੇ ਰਾਖੀ ਮੇਰੀ ਘੜੀ ਚੱਕ ਲਈ ਹੈ, ਅਤੇ ਰੈਡੀ ਹੋ ਚੁੱਕੇ ਹਾਂ, ਘਰ ਦੇ ਸਾਰੇ ਰੈਡੀ ਹੋ ਚੁੱਕੇ ਆ, ਅਤੇ ਗੱਡੀ ਗੁੱਡੀ ਆਪਾਂ ਸਾਫ਼ ਕਰ ਲਈ ਹੈ, ਆਪਣੀ ਗੱਡੀ, ਮੰਮੀ ਵੀ ਰੈਡੀ ਹੋ ਗਏ। ਹਾਂ, ਮੈਰਿਜ ਹੋ ਗਈ ਨਾ, ਹਾਂ 4-5 ਸਾਲ ਬਾਅਦ ਜਾ ਰਹੇ ਆਪਾਂ। ਹਾਂਜੀ, ਪਾਪਾ ਦੇ ਨਾਨਕੇ ਚੱਲੇ ਹਾਂ ਅਸੀਂ, ਅਤੇ ਰੈਡੀ ਹੋ ਚੁੱਕੇ ਹਾਂ, ਚੱਲਦੇ ਹਾਂ। ਅਤੇ ਇੱਕ ਗਾਈ ਉੱਥੇ ਨਾ ਇੰਟਰਸਟਿੰਗ ਚੀਜ਼ ਹੈ ਜਿਹੜੀ ਤੁਹਾਨੂੰ ਅਸੀਂ ਉੱਥੇ ਜਾ ਕੇ ਦਿਖਾਵਾਂਗੇ ਕੀ ਚੀਜ਼ ਹੈ ਇੰਟਰਸਟਿੰਗ ਉਹ। ਠੀਕ ਹੈ, ਚੱਲੀਏ ਬਈ, ਚਲੋ ਗਾਈਜ਼। ਆਪਾਂ ਰੁਕੇ ਰਾਸਤੇ ਦੇ ਵਿੱਚ, ਆਪਾਂ ਲੈ ਰਹੇ ਹਾਂ ਜੀ ਬਨਾਨਾ, ਕਿਉਂਕਿ ਆਪਾਂ ਮੁੜਦੇ ਵੀ ਉੱਥੇ ਵੀ ਜਾਵਾਂਗੇ ਭਾਗੀ ਬਾਂਦਰ, ਅਤੇ ਉੱਥੇ ਆਪਾਂ ਵਾਦਰ ਸੈਨਾ ਨੂੰ ਦੇਵਾਂਗੇ ਬਨਾਨਾ, ਤਾਂ ਕਰਕੇ ਮੈਂ ਕਿਹਾ ਇੱਥੋਂ ਹੀ ਲੈ ਲਾ ਯਾਰ ਬਠਿੰਡਿਓਂ, ਕਿਉਂਕਿ ਨਾ ਫਿਰ ਐਂ ਨਹੀਂ ਪਤਾ ਉੱਥੋਂ ਮਿਲਣ ਨਹੀਂ ਮਿਲਣ, ਵਧੀਆ ਮਿਲਣ, ਘਟੀਆ ਮਿਲਣ, ਮਹਿੰਗੇ ਮਿਲਣ, ਸਸਤੇ ਮਿਲਣ, ਤਾਂ ਕਰਕੇ ਆਪਾਂ ਇੱਥੋਂ ਹੀ ਲੈ ਲਏ ਬਨਾਨਾਸ। ਆਪਾਂ ਪਹੁੰਚ ਗਏ ਜੀ ਡਾਲਫਿਨ ਚੌਂਕ, ਮੱਛੀ ਵਾਲਾ ਚੌਂਕ। ਹਾਂ, ਮੱਛੀ ਵਾਲੇ ਚੌਂਕ, ਕਈ ਲੋਕ ਕਹਿੰਦੇ ਹੀ ਨੇ ਮੱਛੀ ਵਾਲਾ ਚੌਂਕ, ਜਿਨ੍ਹਾਂ ਨੂੰ ਨਹੀਂ ਵਿਚਾਰਿਆਂ ਨੂੰ ਕਹਿਣਾ ਆਉਂਦਾ ਡਾਲਫਿਨ, ਇਹਨਾਂ ਨੂੰ ਮੱਛੀ ਵਾਲਾ ਚੌਂਕ ਹੀ ਕਹਿੰਦੇ ਨੇ ਉਹ। ਅਤੇ ਅੱਗੇ ਜਾ ਕੇ ਆਪਾਂ ਪੈਟਰੋਲ ਪੰਪ ਪਵਾਉਣਾ, ਪੈਟਰੋਲ ਪੈਟਰੋਲ ਪੰਪ ਪਵਾਉਣਾ, ਪੈਟਰੋਲ ਪੰਪ ਤੋਂ ਪੈਟਰੋਲ ਪਵਾਉਣਾ, ਮੈਨੇ ਐਂ ਕਿਹਾ ਨਾ ਕੀ ਹੈ ਕਿ ਤੁਸੀਂ ਨਾ ਬਸ ਲੈਣ ਦੇ ਕਰੋ, ਬਹਿ ਜਾ ਕੇ ਟਿੱਕ ਕੇ ਛੇੜਦੇ ਆ ਮੈਨੂੰ। ਕਹਿੰਦੇ ਅੱਗੇ ਜਾ ਕੇ ਆਪਾਂ ਪੈਟਰੋਲ ਪੰਪ ਪਵਾਉਣਾ, ਪੈਟਰੋਲ ਪੰਪ ਤੋਂ ਪੈਟਰੋਲ ਪੰਪ ਤੋਂ ਪੈਸਾ ਦੇ ਵੀ ਆਪਾਂ ਪੈਟਰੋਲ ਪੰਪ ਪਾ ਦਾਂਗੇ ਇੱਥੇ। ਚਲੋ ਠੀਕ ਆ, ਉਹ ਕਹਿੰਦੇ ਹੁੰਦੇ ਮੁਸਲਮਾਨ ਕਹਿੰਦੇ ਨੇ ਆਮੀਨ ਆਮੀਨ, ਅਸੀਂ ਵੀ ਕਹਿੰਦੇ ਆ, ਉਹ ਕਹਿੰਦੇ ਹੁੰਦੇ ਨੇ ਨਾ ਆਮੀਨ, ਮਤਲਬ ਵੀ ਗੱਲ ਥੋੜੀ ਸੱਚੀ ਹੋਵੇ ਜਾਂ ਕੁਛ ਕਹਿੰਦੇ ਹੁੰਦੇ ਨੇ ਉਹ, ਜੋ ਕੋਈ ਵਧੀਆ ਗੱਲ ਕਹਿੰਦੇ ਨੇ ਉਹ ਕਹਿੰਦੇ ਹੁੰਦੇ ਆਮੀਨ, ਤਾਂ ਮੈਂ ਕਰਕੇ ਕਿਹਾ ਵੀ ਆਮੀਨ, ਮੈਨੂੰ ਪੰਜਾਬੀ ਦਾ ਸ਼ਬਦ ਲੱਭਿਆ ਨਹੀਂ ਵੀ ਕੀ ਕਵਾਂ, ਤੁਹਾਡੇ ਬੋਲ ਸੁਲੱਖਣੇ ਹੋਣ, ਐਵੇਂ ਕਹਿੰਦੇ ਹੁੰਦੇ ਨੇ ਨਾ ਮੰਮੀ। ਫਿਰ ਆਪਾਂ ਪੈਟਰੋਲ ਪੰਪ ਵੀ ਪਵਾ ਲਈਏ, ਆਪਾਂ ਪਹੁੰਚਣ ਵਾਲੇ ਹਾਂ 3-4 ਕਿਲੋਮੀਟਰ ਪਿੱਛੇ ਆ, ਅਤੇ ਪਹੁੰਚਦੇ ਹਾਂ ਆਪਾਂ ਉੱਥੇ। ਇਹ ਪਿੰਡ ਦਾ ਨਾਮ ਹੈਗਾ ਜੀ ਜਗਾ ਰਾਮ ਤੀਰਥ ਬੋਲਦੇ ਨੇ ਪਿੰਡ ਨੂੰ, ਵੈਸੇ ਜਗ੍ਹਾ ਵੀ ਕਹਿ ਦਿੰਦੇ ਨੇ ਇਕੱਲਾ, ਪਰ ਉਹ ਵੈਸੇ ਪਿੰਡ ਦਾ ਨਾਮ ਹੈ ਜਗਾ ਰਾਮ ਤੀਰਥ। ਆਪਾਂ ਪਹੁੰਚਦੇ ਹਾਂ ਅਤੇ ਮਿਲਦੇ ਹਾਂ ਤੁਹਾਨੂੰ ਜਾ ਕੇ, ਟੰਕ ਸਾਈਡ ਹੁੰਦਾ ਫਿਰ ਆਪਾਂ ਵੈਸੇ ਪਹੁੰਚ ਗਏ। ਹੋਰ ਕੁਛ ਗਾਈਜ਼, ਆਪਾਂ ਪਹੁੰਚ ਗਏ ਹਾਂ ਜੀ ਪਿੰਡ, ਆ ਦੇਖੋ ਬੱਸ ਸਟੈਂਡ, ਬੱਸ ਸਟੈਂਡ ਜਗਾ ਰਾਮ ਤੀਰਥ ਜੰਬਰ ਬਸਤੀ, ਤੇ ਆਪਾਂ ਹੁਣ ਪਹੁੰਚਦੇ ਹਾਂ ਜੀ। ਗਾਈਜ਼ ਦੇਖੋ ਜੀ ਪਿੰਡ ਦਾ ਛੱਪੜ, ਤੇ ਅਸੀਂ ਜਾਣਾ ਸੀ ਦੂਜੇ ਰਸਤੇ, ਸਾਨੂੰ ਕਿਸੇ ਨੇ ਗਲਤ ਰਸਤੇ ਪਾਤਾ, ਕਿਉਂਕਿ ਮੈਨੂੰ ਵੀ ਨਹੀਂ ਪਤਾ, ਹੁਣ ਅਸੀਂ ਪੁੱਛ ਕੇ ਜਾ ਰਹੇ ਹਾਂ, ਪਹੁੰਚ ਰਹੇ ਹਾਂ ਘਰੇ ਚਾਚਾ ਜੀ ਕੇ, ਤੇ ਗਲਤ ਰਸਤੇ ਪੈ ਗਏ, ਤੇ ਹੁਣ ਦੁਬਾਰਾ ਕਿਸੇ ਨੂੰ ਪੁੱਛਿਆ, ਤੇ ਹੁਣ ਆਪਾਂ ਪਹੁੰਚਦੇ ਹਾਂ ਘਰੇ ਪੁੱਛ ਪੁਛਾ ਕੇ ਫਿਰ। ਮੇਰਾ ਫੋਨ ਅੰਦਰ ਹੈ, ਚੱਕ ਲਿਆ ਤੁਸੀਂ? ਆਪਾਂ ਪਹੁੰਚ ਗਏ ਜੀ, ਤੇ ਚੱਲਦੇ ਅੰਦਰ ਘਰੇ, ਪਹੁੰਚ ਗਏ ਲੱਭ ਦੇ ਲਵਾਉਂਦੇ, ਪਹੁੰਚ ਗਏ। ਗਾਈਜ਼
ਸਾਨੂੰ ਬਾਹਰ ਪਾਪਾ ਦਾ ਫੋਨ ਆਇਆ ਹੋਣਾ ਨਾ ਲੈ ਮੰਮੀ ਬਿੱਲ ਪੱਤਰ ਲੱਗੇ ਜੀ ਇਹ ਤਾਂ ਲੈ ਕੇ ਜਾਵਾਂਗੇ ਬਈ ਅਸੀਂ ਇਹ ਲੈ ਕੇ ਜਾਵਾਂ ਠੀਕ ਹੈ ਪਹਿਲਾਂ ਹੀ ਕਹਿ ਦਿਓ ਸੀ ਇਹ ਲੈ ਕੇ ਜਾਵਾਂ ਜੀ ਹੋਰ ਠੀਕ ਹੋ ਮੈਂ ਵੀ ਵਧੀਆ ਤੁਸੀਂ ਦੱਸੋ ਇਹ ਮਾਮੀ ਨੇ ਜੀ ਮੇਰੇ ਪਾਪਾ ਦੇ ਬਜ਼ੁਰਗ ਹੋ ਗਏ ਬਾਬਾ ਹੁਣ 7-8 ਸਾਲ ਹੋ ਗਏ ਮਿਲਿਆਂ ਨੂੰ ਆਪਾਂ ਨੂੰ ਹਾਂਜੀ ਹਾਂ ਜੀ ਰਾਖੀ ਮਾਰੀ ਦੀਆਂ ਗੱਲਾਂ ਮਾਮੀ ਨਾਲ ਰਾਖੀ ਵੀ 8 ਸਾਲ ਬਾਅਦ ਆਈ ਇੱਥੇ ਸੁਖਿੰਦਰ ਸਿੰਘ ਜੀ ਦੇਖੋ ਇਹ ਚਾਚਾ ਜੀ ਨੇ ਤੇ ਆ ਰਹੇ ਨੇ ਇਹ ਗਏ ਹੋਏ ਨੇ ਉੱਥੇ ਭੋਗ ਤੇ ਗਏ ਹੋਏ ਨੇ ਆਉਣ ਵਾਲੇ ਹੀ ਆ ਟਾਈਮ ਇੱਕ ਵੱਜ ਚੁੱਕਿਆ ਤੇ ਆ ਉਹਨਾਂ ਦੀ ਵਰਦੀ ਇੱਥੇ ਪਹੁੰਚ ਰਹੇ ਨੇ ਦਿਖ ਨਹੀਂ ਰਹੀ ਹੋਣੀ ਸ਼ਾਇਦ ਤੁਹਾਨੂੰ ਆਪਾਂ ਹੁਣ ਆਏ ਇੱਥੇ ਦੇਖਣ ਵਾਸਤੇ ਇੱਥੇ ਮੱਝਾਂ ਖੁੱਲੇ ਖੁੱਲੇ ਘਰ ਹੁੰਦੇ ਆ ਉਹ ਦੇਖੋ ਸਾਹਮਣੇ ਪਏ ਆ ਆਪਣੇ ਮਾਮਾ ਜੀ ਲਾ ਲਓ ਇਹ ਪਾਪਾ ਦੇ ਮਾਮਾ ਜੀ ਨੇ ਇਹਨਾਂ ਦੀ ਉਮਰ ਹੈਗੀ 107 ਸਾਲ ਦੇਖੋ ਖੁੱਲੇ ਖੁੱਲੇ ਘਰ ਪਿੰਡਾਂ ਦੀ ਇਹ ਲਾਈਫ ਹੈ ਦੇਖੋ ਆਪਣੇ ਸ਼ਹਿਰਾਂ ਦਾ ਨਿੱਕੇ ਨਿੱਕੇ ਘਰ ਹੀ ਹੁੰਦੇ ਆ ਖੁੱਲੀਆਂ ਹੀ ਹੁੰਦੀਆਂ ਬਸ ਹੈਨਾ ਮੈਂ ਕਿਹਾ ਬੰਦੇ ਨੇ ਸੈਰ ਕਰਨੀ ਵੀ ਇੱਥੇ ਹੀ ਕਰ ਲਿਆ ਹਨਾ ਐਡਾ ਲੰਬਾ ਬੇੜਾ ਜਾਣ ਦੀ ਲੋੜ ਹੀ ਨਹੀਂ ਕਿਤੇ ਚੁੱਲ੍ਹਾ ਬਣਿਆ ਇੱਥੇ ਉਵੇਂ ਹੈ ਹੋ ਜੀ ਮਾਮੀ ਕਹਿੰਦੇ ਕਿ ਪਿੰਡਾਂ ਵਾਲੇ ਕਿਹੜੇ ਘਰ ਹੁੰਦੇ ਕਹਿੰਦੇ ਸ਼ਹਿਰ ਵਾਲੇ ਵਧੀਆ ਹੁੰਦੇ ਆ ਤੇ ਸ਼ਹਿਰ ਵਾਲਿਆਂ ਨੂੰ ਪਿੰਡਾਂ ਵਾਲੇ ਵਧੀਆ ਲੱਗਦੇ ਆ ਤੇ ਪਿੰਡਾਂ ਵਾਲਿਆਂ ਨੂੰ ਸ਼ਹਿਰ ਵਾਲੇ ਵਧੀਆ ਲੱਗਦੇ ਆ ਦੇਖੋ ਗਾਈਸ ਇੱਥੇ ਛੋਟਾ ਜਿਹਾ ਗਾਰਡਨ ਵੀ ਹੈ ਉਹ ਕੀ ਲੱਗਿਆ ਸਾਹਮਣੇ ਸੰਤਰੀ ਸੰਤਰੀ ਆ ਇਹ ਫਰੂਟ ਨਹੀਂ ਹੈਗਾ ਇਹ ਸ਼ੋਅ ਵਾਲਾ ਉਹ ਹੋਰ ਕੁਛ ਹੁੰਦਾ ਰੱਖੀ ਉਹ ਤਾਂ ਗੁੱਛੇ ਚ ਹੀ ਹੁੰਦਾ ਇਹ ਤਾਂ ਕੱਲਾ ਕੱਲਾ ਇਹ ਅਮਰੂਦ ਲੱਗਿਆ ਨਾ ਬਾਰਾਮਾਸੀ ਆ ਜਾਮਣੇ ਕਿੰਨੂ ਸੋਰੀ ਹਾਂ ਬੈਂਗਣ ਲੱਗੇ ਹੋਏ ਆ ਆਹ ਦੇਖੋ ਬਿੱਲ ਪੱਤਰ ਲੱਗੇ ਇਹ ਹੁਣ ਬਿੱਲ ਤੋੜ ਕੇ ਲੈ ਕੇ ਜਾਣਗੇ ਖੜਦੇ ਨੇ ਦੇਖੋ ਗਾਈਸ ਇਹ ਨਾਰੰਗੀ ਹੈ ਇਹ ਸ਼ੋਅ ਵਾਸਤੇ ਹੈ ਖੱਟੇ ਬਹੁਤ ਹੈ ਆਹ ਤੋੜ ਰਿਹਾ ਮੈਂ ਆਲਾ ਇਹ ਤਾਂ ਉਹਦੇ ਵਰਗਾ ਹੈ ਸੰਤਰੇ ਵਰਗਾ ਹਨਾ ਮੈਂ ਕਹਿ ਰਹੀ ਆ ਮੇਰੇ ਕੁਛ ਸ਼ੀ ਹੁੰਦੀ ਹੈ ਉਹ ਤਾਂ ਰਾਖੀ ਹੋਰ ਚੀਜ਼ ਹੁੰਦੀ ਹੈ ਯਾਰ ਨਹੀਂ ਇਹੀ ਹੁੰਦੀ ਹੈ ਉਹ ਤਾਂ ਗੁੱਛੇ ਜਾਂਦਾ ਯਾਰ ਉਹ ਸਿੱਧਾ ਖਾਣ ਆਉਂਦਾ ਨਹੀਂ ਆ ਹੀ ਖੱਟਾ ਚਲੋ ਆਪਾਂ ਟੈਸਟ ਕਰਕੇ ਦੇਖਦੇ ਆ ਇਹ ਤਾਂ ਛੋਟਾ ਸੰਤਰਾ ਹੈ
ਨਿੱਕਾ ਜਿਹਾ ਸੰਤਰਾ ਐਵੇਂ ਕੌੜਾ ਤਾਂ ਨਹੀਂ ਹੋਊਗਾ ਨਾ ਕੌੜਾ ਨਹੀਂ ਖੱਟਾ ਬਹੁਤ ਮੰਮੀ ਨੂੰ ਟੇਸਟ ਕਰਾ ਦੇ ਮੰਮੀ ਟੇਸਟ ਕਰ ਲਓ ਨਿੰਬੂ ਦੀ ਤਰ੍ਹਾਂ ਖੱਟਾ ਖੱਟਾ ਤਾਂ ਬਹੁਤ ਹੈ ਬਾਕੀ ਉਹ ਦੇਖਣ 'ਚ ਉਹ ਲੱਗਦਾ ਜਿਹੜਾ ਬਾਜ਼ਾਰ 'ਚ ਨਹੀਂ ਆਉਂਦਾ ਹੁੰਦਾ ਸੰਤਰੀ ਸੰਤਰੀ ਗੁੱਛਾ ਜਿਹਾ ਹੁੰਦਾ ਉਹ ਹੋਰ ਚੀਜ਼ ਹੁੰਦੀ ਹੈ ਉਹ ਦੇਖਣ 'ਚ ਉਹ ਲੱਗਦਾ ਮਤਲਬ ਏਡਾ ਰਹਿ ਕੇ ਇਹੀ ਚੜ ਜਾਂਦਾ ਹੈ ਓਕੇ ਓਕੇ ਦੇਖੋ ਜੀ ਮਾਮਾ ਜੀ ਦੀ ਉਮਰ ਬਹੁਤ ਹੋ ਚੁੱਕੀ ਹੈ ਇਹਨਾਂ ਨੂੰ ਪਤਾ ਨਹੀਂ ਲੱਗਦਾ ਦੱਸਣਾ ਪੈਂਦਾ ਸਿਆਣ ਸਿਆਣ ਹੀ ਹਟ ਚੁੱਕੀ ਹੈ ਇਹਨਾਂ ਨੂੰ ਕਿੰਨੇ ਸਾਲ ਦੇ ਹੁੰਦੇ 107 ਸਾਲ ਦੇ ਹੈ ਕਹਿੰਦੇ ਪਾਪਾ ਕਹਿੰਦੇ ਸੀਗੇ 107 ਸਾਲ 107 ਸਾਲ ਦੇ ਆ ਮਾਮਾ ਜੀ ਪਾਪਾ ਦੇ ਮਾਮਾ ਜੀ ਨੇ ਮੇਰੇ ਲਈ ਲੋ ਮਾਮਾ ਜੀ ਹੋ ਗਏ ਬਸ ਫਿਰ ਹੁਣ ਅਸੀਂ ਵੀ ਮਾਮਾ ਜੀ ਕਹਿੰਦੇ ਸੀ ਇਹ ਵੀ ਖੁੰਡਾ ਨਾ ਜਿਹੜਾ ਇਹ ਬਹੁਤ ਪੁਰਾਣਾ ਸਿਆਣਾ ਕੀ ਐ ਪੁੱਛ ਪਹਿਲਾਂ ਤੂੰ ਪਤਾ ਲੱਗ ਗਿਆ ਮਾਮਾ ਜੀ ਪਤਾ ਲੱਗ ਗਿਆ ਮੈਂ ਕੌਣ ਆ ਸੁਣਦਾ ਨਹੀਂ ਲੱਗਿਆ ਉੱਚਾ ਸੁਣਦਾ ਠੀਕ ਰਹਿੰਦੇ ਹੋ ਚਾਚਾ ਜੀ ਆ ਚੁੱਕੇ ਨੇ ਇਹ ਗਏ ਹੋਏ ਸੀ ਭੋਗ ਤੇ ਹੁਣੇ ਜਸਟ ਆਏ ਨੇ ਹੁਣ ਆਪਾਂ ਅੰਦਰ ਚੱਲਦੇ ਆ ਫਿਰ ਦੇਖੋ ਗਾਈਜ਼ ਰਾਕੀ ਇਮੋਸ਼ਨਲ ਹੋ ਗਈ ਰੋਣ ਲੱਗੀ ਤੈਨੂੰ ਕੀ ਹੋ ਗਿਆ ਦਾਦੀ ਦੀ ਖੁੰਡੀ ਦੇਖ ਕੇ ਯਾਦ ਆ ਗਈ ਕਹਿੰਦੀ ਯਾਰ ਜਿਹੜੀ ਖੁੰਡੀ ਆ ਇਹ ਦਾਦੀ ਦੀ ਆ ਕਹਿੰਦੀ ਅਸੀਂ ਖੇਡਦੇ ਹੁੰਦੇ ਸੀਗੇ ਦਾਦੀ ਦੀ ਖੁੰਡੀ ਨੂੰ ਛੋਟਾ ਵੱਡਾ ਕਰ ਲੈਂਦੇ ਸੀਗੇ ਹੁਣ ਯਾਦ ਕਰਕੇ ਰੋਣ ਲੱਗ ਗਈ ਦੇਖੋ ਦੱਸ ਬਾਹਲੀ ਇਮੋਸ਼ਨਲ ਆ ਭਾਈ ਇਹ ਬਾਹਲੀ ਛੇਤੀ ਇਮੋਸ਼ਨਲ ਹੋ ਜਾਂਦੀ ਹੈ ਉਹ ਗੱਲ ਕਰੀ ਜਾਂਦੇ ਦੇਖੋ ਮਾਮੀ ਜੀ ਪ੍ਰਵੀਨ ਨਾਲ ਬਰਨਾਲੇ ਲਾਂਭਾ ਦੀ ਕਹਿੰਦੇ ਕਿ ਤੁਸੀਂ ਤੰਦ ਨਹੀਂ ਭਾਈ ਰਾਖੀ ਤਾਂ ਆ ਗਈ ਫਿਰ ਰੋਣ ਲੱਗ ਗਿਆ ਗਾਈ ਹੁਣ ਆਪਾਂ ਚੱਲਦੇ ਹਾਂ ਦੂਜੇ ਚਾਚੇ ਕੇ ਦੂਜੇ ਚਾਚੇ ਕੇ ਚੱਲ ਲਿਆ ਆਪਾਂ ਹੁਣ ਕੀ ਨਾਮ ਹੈ ਬੋਲ ਕੇ ਦੱਸ ਇਮੋਸ਼ਨਲ ਹੋ ਜਾਂਦੀ ਹੈ ਬਾਹਲੀ ਛੇਤੀ ਇਹ ਇਹ ਬਿਮਾਰ ਹੋਈ ਨਾ ਜਿਹਨਾਂ ਨੂੰ ਪੁੱਛ ਲਓ ਨਾ ਕੀ ਹੋ ਗਿਆ ਤੈਨੂੰ ਉਹਦੀ ਇਮੋਸ਼ਨਲ ਹੋ ਜਾਂਦੀ ਰੋਣ ਲੱਗ ਜਾਂਦੀ ਬਿਮਾਰ ਹੋ ਗਈ ਮੈਂ ਚੱਲ ਕੋਈ ਗੱਲ ਨਹੀਂ ਬਸ ਚੁੱਪ ਕਰ ਜਾ ਚਲੋ ਜੀ ਪਹੁੰਚ ਗਏ ਆਪਾਂ ਲਓ ਜੀ ਆਪਾਂ ਪਹੁੰਚ ਗਏ ਪਿੰਡਾਂ ਦੇ ਘਰ ਵਿੱਚ ਇੱਕ ਗੱਲ ਯਾਰ ਨਹੀਂ ਯਾਰ ਧਰ ਹੁੰਦੇ ਨਾ ਖੁੱਲ੍ਹੇ ਡੁੱਲੇ ਮੈਨੂੰ ਐਂ ਹੋ ਜਾਂਦਾ ਵਧੀਆ ਮਿਲਦੇ ਹਾਂ ਗਾਈਜ਼ ਦੇਖੋ ਇਹ ਅੱਕ ਦਾ ਬੂਟਾ ਕਿੱਡਾ ਵੱਡਾ ਕਿੰਨੇ ਫੁੱਲ ਲੱਗਿਆ ਦੇਖੋ ਅੱਕ ਨੂੰ ਹਾਂ ਪੂਰਾ ਵੱਡਾ ਲੱਗਿਆ ਹੈਗਾ ਅੱਕ ਨਾ ਅਤੇ ਹੁਣ ਆਪਾਂ ਜਾ ਰਹੇ ਹਾਂ ਡੇਰੇ 'ਚ ਪਿੰਡਾਂ ਦੀਆਂ ਗਲੀਆਂ ਦੇਖੋ ਤੁਸੀਂ ਦੇਖੋ ਘੁੰਮਾ ਕੇ ਖਾਵਾਂ ਤੁਹਾਨੂੰ ਅਲੱਗ ਜਿਹੀ ਵਾਈਬ ਵੀ ਆਉਂਦੀ ਹੈ ਪਿੰਡਾਂ ਦੀ ਗਲੀਆਂ ਜਾ ਕੇ ਸ਼ਾਂਤੀ ਕੋਈ ਆਵਾਜ਼ ਨਹੀਂ ਕੋਈ ਟ੍ਰੈਫਿਕ ਨਹੀਂ
ਹਵਾ ਤੱਕ ਦੀ ਆਵਾਜ਼ ਆਉਂਦੀ ਹੈ ਦੇਖੋ ਗਲੀਆਂ 'ਚ। ਇਹ ਦੀਦੀ ਨੇ ਇਹ ਰਾਖੀ ਦੇ ਦੀਦੀ ਬਚਪਨ ਖੇਡਦੇ ਹੁੰਦੇ ਸੀ ਇਕੱਠੇ ਮਿਲ ਕੇ ਆਏ ਹੋਏ ਸੀ ਇੱਥੇ ਵਧੀਆ। ਲਓ ਜੀ ਗਾਈਜ਼ ਆਪਾਂ ਡੇਰੇ ਪਹੁੰਚ ਗਏ। ਜੈ ਹੋ। ਦੇਖੋ ਕਿੰਨੀਆਂ ਛੱਟੀਆਂ ਪਈਆਂ ਇੱਥੇ। ਇਹ ਦੇਖੋ ਗਾਈਸ ਤਲਾਬ। ਤੇ ਦੇਖੋ ਪਿੰਡ ਦਾ ਮਾਹੌਲ, ਗੁੱਡੀ ਡੇਰਾ ਦਾ ਸਾਰਾ ਬਣਿਆ ਹੋਇਆ, ਤਲਾਬ ਬਣਿਆ ਹੋਇਆ ਬਹੁਤ ਵੱਡਾ ਇੱਥੇ। ਜੇ ਫੇਰ ਰੋਣ ਲੱਗ ਗਈ ਰਾਖੀ ਸਾਡੀ, ਤੈਨੂੰ ਮੈਂ 10 ਸਾਲ ਬਾਅਦ ਇੱਥੇ ਲੈ ਕੇ ਆਇਆ, ਤੂੰ ਰੋਈ ਜਾਂਦੀ ਆ ਦੱਸ। ਹੈਂ ਤੂੰ ਤਾਂ ਖੁਸ਼ ਹੋ ਕਿ ਆਈ ਆ ਮੈਂ। ਹੈਂ ਓਏ ਰੋਣਾ ਨੀ। ਉਧਰ ਮਾਮੇ ਨੇ ਮਿਲਾ ਲੋ ਜੀ ਆਪਾਂ ਤੜਵਾ ਰਿਹਾ ਬਿੱਲ ਪੱਤਰ ਭੋਲੇ ਨਾਥ ਚੜਾਉਣ ਵਾਸਤੇ। ਚੱਕ ਵੀ ਉਹ ਟੁੱਟ ਗਿਆ, ਚੱਕ ਵੀ ਅੜੀ ਆਈ ਰੱਖ ਲਓ ਬਸ ਕਰੋ। ਨਹੀਂ ਸੁਣ ਆਪਾਂ ਚੱਲੇ ਹਾਂ ਜੀ ਬਠਿੰਡੇ ਵੱਲ ਨੂੰ, ਅਤੇ ਪਿੰਡੋਂ ਆਪਾਂ ਨਿਕਲ ਲੈ ਗਏ, ਅਤੇ ਜਾਂਦੇ ਆਪਾਂ ਭਾਗੀ ਬੰਦਰ ਰੁਕਾਂਗੇ, ਮੰਦਰ 'ਚ ਮੱਥਾ ਟੇਕਾਂਗੇ, ਅਤੇ ਵਾਨਰ ਸੈਨਾ ਨੂੰ ਆਪਾਂ ਕੇਲੇ ਪਾਵਾਂਗੇ। ਹਾਂ ਲੱਭਾਂਗੇ ਆਪਾਂ ਕਿੱਥੇ ਨੇ, ਅੱਜ ਤਾਂ ਸੌਖੇ ਮਿਲ ਜਾਣਗੇ ਵੈਸੇ। ਆਪਾਂ ਪਹੁੰਚ ਗਏ ਹਾਂ ਜੀ ਪਾਕੀ ਬੰਦਰ, ਤੇ ਦੇਖੋ ਆਪਾਂ ਨੂੰ ਮੋਂਕੀ ਦੇ ਦਰਸ਼ਨ ਹੋ ਗਏ। ਇਹ ਦੇਖੋ ਜਿਵੇਂ ਹੋਣਗੇ ਦਿਲ ਜਾਣਗੇ ਜਾਣਗੇ। ਹਾਂ ਅੱਜ ਉਮੀਦ ਪੂਰੀ ਹੈ, ਹਰਿਆਵਲ ਹੋਈ ਵੀ ਜਾਂਦੇ ਕਿ ਇੱਥੇ ਬੈਠੇ। ਹਾਂ ਹਰਿਆਵਲ ਤਾਂ ਹੋਈ ਵੀ ਹੈ, ਤੇ ਪਹੁੰਚ ਰਹੇ ਆਪਾਂ ਮੰਦਰ ਦੇ ਲੋਕ ਆ ਰਹੇ ਦਿਖ ਰਹੇ ਆ ਸੰਡੇ ਕਰਕੇ ਅੱਜ, ਮਤਲਬ ਕਈ ਵਾਰ ਨਹੀਂ ਕੋਈ ਡਿਊਟੀ ਵਾਲਾ ਆ ਸਕਦਾ ਉਹ ਸੰਡੇ ਨੂੰ ਆਉਂਦਾ।
ਫਿਰਦੇ ਫਿਰਦੇ ਉਹ ਦੇਖੋ ਬੈਠੇ ਉਹ ਬੈਠੇ ਹਾਂ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਅੰਦਰ ਜੈ ਹੋ ਮੇਰੇ ਪ੍ਰਭੂ ਸੋਹਣਾ ਲੱਗ ਰਿਹਾ ਵਧੀਆ ਪੂਰੇ ਕੇਲੇ ਖਾਂਦੇ ਆ ਜਾਂ ਨਹੀਂ ਖਾਂਦੇ ਦੇਖੋ ਕਿੱਥੇ ਬੈਠੇ ਨੇ ਕਾਰ ਦੇ ਉੱਪਰ ਚੜ੍ਹ ਕੇ ਇਹ ਕਹਿੰਦੇ ਰੱਖੀ ਫੋਨ ਧਿਆਨ ਨਾਲ ਫੜ ਕੇ ਰੱਖੀ ਮੈਂ ਕਿਹਾ ਮੇਰੇ ਕੋਲ ਲੈ ਕੇ ਮੈਂ ਤਾਂ ਛੱਡ ਦੇਣਾ ਫੋਨ ਫੂਨ ਓਏ ਓਏ ਖਾਂਸੀ ਹੋਈ ਪਈ ਆ ਖਾਂਸੀ ਹੋਈ ਪਈ ਇਹਨਾਂ ਨੂੰ ਇੱਕ ਹੋਰ ਦੇ ਦੋ ਫਿਰ ਨਾ ਇੱਕ ਕਿਉਂ ਦੇ ਦੋ ਹੋਰ ਦਵਾਂਗੇ ਹੋਰ ਵੀ ਆ ਗਏ ਕਿੱਥੇ ਆਏ ਨਹੀਂ ਉਹ ਦੇ ਹੋਰ ਦਵਾਂਗੇ ਹਾਂ ਹੋਰ ਸੀ ਕਈ ਇਹਨਾਂ ਨੂੰ ਆਏ ਦੇਣ ਦਾ ਫਾਇਦਾ ਉੱਥੇ ਨਾ ਪਹਿਲਾਂ ਹੀ ਬਹੁਤ ਪੇ ਸੀ ਯਾਰ ਕੇਲੇ ਸੁਸਤਾ ਹੀ ਜਾਂਦੇ ਸੀਗੇ ਇਹ ਵਿਚਾਰੇ ਇੱਥੇ ਪਿੰਡੇ ਆ ਇਹਨਾਂ ਨੂੰ ਦਵਾਂਗੇ ਲੈਣਗੇ ਨਾਵਾਂ ਨੂੰ ਫੜਾਓ ਆ ਦੇਖੋ ਦੋ ਤਿੰਨ ਬੈਠੇ ਹੋਏ ਆ ਕੋਈ ਗੱਲ ਨਹੀਂ ਮੈਂ ਦੋ ਤਿੰਨ ਦਵਾਂਗਾ ਇੱਕ ਵਾਰੀ ਹੱਥੋਂ ਲੈਣਗੇ ਥੋੜਾ ਜਿਹਾ ਸ਼ੀਸ਼ਾ ਖੋਲੀਓ ਉਹ ਕਿੰਨੇ ਆ ਗਏ ਹੁਣ ਉੱਥੇ ਆ ਗਏ ਦੇਖੋ ਦੇਖੋ ਆ ਗਏ ਤਾਂ ਕਾਰ ਦੇ ਮੂਹਰੇ ਆ ਗਏ ਬਹਿ ਗਏ ਆਪਣੇ ਦੇ ਦੋ ਇੱਕ ਹੋਰ ਉਹ ਮੰਗ ਰਹੇ ਕਿੰਨੇ ਬੜਾ ਮੰਗੇ ਫਟਾਫਟ ਫੋਨ ਚੱਕ ਲੈਣਗੇ ਮੇਰੇ ਮੂਹਰੋਂ ਕਾਰ ਚ ਨਾ ਵੜ ਜਾਣਗੇ ਤੇ ਜੀ ਉਧਰ ਦੇ ਦੇ ਮੈਂ ਨਹੀਂ ਟੈਨਸ਼ਨ ਨਾ ਲਓ ਮੈਂ ਇੱਥੇ ਬੈਠੀ ਆ ਮੈਂ ਥੱਲੇ ਹਾਂ ਦਿਓ ਫਿਰ ਇੱਕ ਮਿੰਟ ਮੈਨੂੰ ਫੜਾ ਦੇ ਬਾਹਰ ਹੀ ਰੱਖੋ ਛਾਲ ਨਾ ਮਾਰ ਦੇ
ਲਿਆਓ ਮੰਮੀ ਹੋਰ ਦਿਓ ਜੈ ਹੋ ਬਹੁਤ ਜ਼ਿਆਦਾ ਟਾਈਮ ਹੋ ਚੁੱਕਿਆ, 5 ਵੱਜ ਚੁੱਕੇ ਆ। ਉਹ ਦੇਖੋ ਤੇ ਵਧੀਆ ਰਿਹਾ ਸਫ਼ਰ ਸਾਡਾ, ਨਜ਼ਾਰਾ ਆਇਆ। ਤੇ ਥੋੜ੍ਹਾ ਜਿਹਾ ਯਾਰ ਮੂੰਹ ਧੋਲੀਏ, ਪਾਣੀ ਪੂਣੀ ਪੀ ਲਈਏ, ਫਿਰ ਮਿਲਦਾ ਤੁਹਾਨੂੰ। ਸੋ ਗਾਈਸ, ਟਾਈਮ ਹੋ ਚੁੱਕਾ ਜੀ ਆਪਣਾ, 11 ਵੱਜ ਚੁੱਕੇ ਹੈ। ਅਤੇ ਆਪਾਂ ਕਰ ਲਾਂਗੇ ਆਪਣੇ ਵਲੋਗ ਦੀ ਐਡੀਟਿੰਗ, ਅਤੇ ਗਾਈਸ ਆਪਾਂ ਇਹਦੇ ਨਾਲ ਕਰਦੇ ਹਾਂ ਆਪਣੇ ਅੱਜ ਦੇ ਵਲੋਗ ਦਾ ਐਂਡ। ਮਿਲਦੇ ਤੁਹਾਨੂੰ ਕੱਲ੍ਹ ਨੂੰ ਇੱਕ ਨਏ ਵਲੋਗ ਦੇ ਨਾਲ। ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਿਆ ਗਾਈਸ, ਤਾਂ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤਦ ਤੱਕ ਲਈ ਬਾਏ, ਗੁੱਡ ਨਾਈਟ, ਟੇਕ ਕੇਅਰ, ਜੈ ਹਿੰਦ।